ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਚੈਨਲ ਹੈਪੀ ਦੀਵਾਲੀ ਟੂ ਐਵਰੀਵਨ ਤੁਸੀਂ ਕੀ ਕਹੋਗੇ ਹੈਪੀ ਦੀਵਾਲੀ ਟੂ ਐਵਰੀਵਨ ਹਾਂਜੀ ਅੱਜ ਦੀਵਾਲੀ ਹੈਗੀ ਆ ਸਾਡੇ ਇੱਥੇ ਅਤੇ ਇੰਡੀਆ 'ਚ ਬੀਤ ਗਈ ਕੈਨੇਡਾ 'ਚ ਅੱਜ ਹੈਗੀ ਆ ਮੰਡੇ ਸਾਰਿਆਂ ਨੂੰ ਵਾਹਿਗੁਰੂ ਖੁਸ਼ੀਆਂ ਭਰੀ ਹਰੇਕ ਸਾਲ ਤਿਉਹਾਰ ਮਨਾਉਂਦੇ ਰਹੀਏ ਹਰੇਕ ਦੇ ਘਰ 'ਚ ਸੁੱਖ ਸ਼ਾਂਤੀ ਬਣਾਈ ਰੱਖੋ ਅਤੇ ਤਰੱਕੀਆਂ ਹਰੇਕ ਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਅਤੇ ਅੱਜ ਅਸੀਂ ਹੁਣ ਚੱਲੇ ਹਾਂ ਪਹਿਲਾਂ ਅਸੀਂ ਸਵੇਰੇ ਕੰਮ 'ਤੇ ਗਏ ਸੀ ਕੰਮ ਤੋਂ ਆ ਕੇ ਬਸ ਰੈਡੀ ਹੋਏ ਹਾਂ ਫਟਾਫਟ ਜਿਹੜੇ ਜਾਣ ਆਉਣ ਦੇ ਕੰਮ ਕਰਨੇ ਸੀਗੇ ਮੈਂ ਉੱਧਰ ਚੱਲੀ ਹਾਂ ਸਿਸਟਰ ਇਨ ਲਾਅ ਦੇ ਘਰ ਫਿਰ ਉਸ ਤੋਂ ਬਾਅਦ ਮੈਂ ਮੰਮੀ ਹੁਣਾਂ ਵੱਲ ਜਾਊਂਗੀ ਬਾਕੀ ਉੱਧਰ ਮਾਨਵੀ ਦੀਦੀ ਹੁਣਾਂ ਸਾਰਿਆਂ ਨੇ ਅੱਜ ਮੰਮੀ ਹੁਣਾਂ ਵੱਲ ਇਕੱਠੇ ਹੋਣਾ ਹੈਗਾ ਸੋ ਠੰਡ ਵੀ ਬਹੁਤ ਦਿਲ ਤਾਂ ਨਹੀਂ ਸੀ ਕਰਦਾ ਪਰ ਕੀ ਕਰੀਏ ਇੱਕ ਦਿਨ ਤਾਂ ਹੁੰਦਾ ਵੀ ਇੱਕ ਬਹਾਨਾ ਹੁੰਦਾ ਵੀ ਓਕੇ ਸਾਰੇ ਜਣੇ ਆਪਾਂ ਇਕੱਠੇ ਮਿਲਣ ਲੱਗੇ ਹਾਂ ਬੈਠਣ ਦਾ ਹੀ ਹੁੰਦਾ ਸੋ ਅਸੀਂ ਜਾਣਾ ਹੈਗਾ ਆ ਹੁਣ ਮੰਮੀ ਹੁਣਾਂ ਦੇ ਨਹੀਂ ਪਹਿਲਾਂ ਸਿਸਟਰ ਇਨ ਲਾਅ ਦੇ ਘਰ ਉਸ ਤੋਂ ਬਾਅਦ ਅਸੀਂ ਮੰਮੀ ਹੁਣਾਂ ਵੱਲ ਜਾ ਕੇ ਅਤੇ ਫਿਰ ਆਪਾਂ ਸ਼ਾਮੀ ਲਾਵਾਂਗੇ ਉੱਧਰ ਰੌਣਕਾਂ ਅਤੇ ਪਰ ਕੰਮ ਵੀ ਜ਼ਰੂਰੀ ਆ ਕੰਮ ਵੀ ਕਰਨੇ ਪੈਂਦੇ ਆ ਤੁਸੀਂ ਦੱਸੋ ਸਾਰਿਆਂ ਨੇ ਕਿੱਦਾਂ ਦੀਵਾਲੀ ਮਨਾਈ ਕੈਨੇਡਾ 'ਚ ਤਾਂ ਇਹੀ ਦੀਵਾਲੀ ਹੁੰਦੀ ਹੈ ਜਾਂ ਗੁਰਦੁਆਰੇ 'ਚ ਆਏ ਤਾਂ ਗੁਰਦੁਆਰੇ ਅੱਜ ਮੈਂ ਜਿੱਕਰ ਹੀ ਨਹੀਂ ਅੱਜ ਮੈਂ ਕੱਲ੍ਹ ਜਾ ਕੇ ਆਈ ਸੀ ਕਿਉਂਕਿ ਰਸ਼ ਬਹੁਤ ਸੀ ਨਾਲੇ ਕੰਮ 'ਤੇ ਜਾਣਾ ਸੀਗਾ ਸੋ ਅੱਜ ਅਸੀਂ ਗੁਰਦੁਆਰੇ ਸਾਹਿਬ ਤਾਂ ਗਏ ਨਹੀਂ ਅਤੇ ਨਹੀਂ ਤਾਂ ਇੰਡੀਆ ਤਾਂ ਹੁੰਦਾ ਆ ਇਹ ਪਟਾਕੇ ਚਲਾਉਣੇ ਇੱਦਾਂ ਹੁੰਦਾ ਦੀਵਾਲੀ ਦੀ ਤਿਆਰੀਆਂ ਪਹਿਲਾਂ ਹੋ ਜਾਂਦੀਆਂ ਪਰ ਸਾਡੇ ਕੈਨੇਡਾ 'ਚ ਨਹੀਂ ਇੱਥੇ ਹੈਗਾ ਇੱਥੇ ਤਾਂ ਇੱਦਾਂ ਹੀ ਨਹੀਂ ਹੁਣ ਜੰਮ ਜਾਂਦੀਆਂ ਦੀਵਾਲੀ ਅਤੇ ਚਲੋ ਹੁਣ ਅਸੀਂ ਚੱਲੇ ਹਾਂ ਉੱਧਰ ਅਤੇ ਮਿਲਦੇ ਹਾਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹਦੇ 'ਚ ਅੱਜ ਭਾਅ ਜੀ ਹੁਣ ਵੱਲ ਜਾਣਾ ਦੇਖਿਓ ਉੱਧਰ ਸਾਰਿਆਂ ਨੇ ਆਪੋ ਆਪਣੇ ਕੰਮਾਂ 'ਚ ਲੱਗੇ ਹੋਣਾ ਗੁਰਦਾਤ ਵੀ ਆਇਆ ਹੋਣਾ ਟਿੰਡਾ ਹਾਂਜੀ ਆਹ ਦੇਖੋ ਹੁਣ ਅਸੀਂ ਚੱਲੇ ਹਾਂ ਆਪਣੇ ਸਿਸਟਰ ਨੂੰ ਘਰ ਉਹਦਾ ਇਹਦਾ ਵੀ ਨੇੜੇ ਆ ਸਾਡੇ ਘਰ ਤੋਂ ਸਾਰਿਆਂ ਦੇ ਘਰ ਦੋ ਨੇੜੇ ਆ ਮੰਮੀ ਦਾ ਘਰ ਇੱਕ ਮਿੰਟ ਦੂਰ ਆ ਇੱਧਰ ਵੱਡੀ ਸਿਸਟਰ ਦਾ 2 ਮਿੰਟ ਆ ਤੀ ਛੋਟੀ ਦਾ ਉਸ ਤੋਂ 3 ਮਿੰਟ ਕਹਿ ਲਓ ਸਾਰਿਆਂ ਦੇ ਨੇੜੇ ਨੇੜੇ ਘਰ ਇੱਕੋ ਮਹੱਲੇ ਦੇ ਵਿੱਚ ਭਾਵੇਂ ਤੁਰ ਕੇ ਚੱਲ ਜਾਓ ਗਰਮੀਆਂ 'ਚ ਤਾਂ ਹੈਗਾ ਸਰਦੀਆਂ 'ਚ ਤਾਂ ਨਹੀਂ ਅਸੀਂ ਚੱਲੇ ਹੁਣ ਉੱਧਰ ਅਤੇ ਫਿਰ ਜਾ ਕੇ ਮਿਲਦੇ ਹਾਂ ਅਤੇ ਇੱਕ ਬਸ ਛੋਟੀ ਵੱਲ ਗਏ ਸੀ ਉਹ ਤਾਂ ਹੈ ਨਹੀਂ ਸੀ ਘਰੇ ਮੈਨੂੰ ਤਾਂ ਗੁਰਦੁਆਰ ਸਾਹਿਬ ਗਏ ਹੋਣੇ ਆ ਤਾਂ ਅਸੀਂ ਹੁਣ ਆਪਾਂ ਸੋਚਿਆ ਕਿ ਅਸੀਂ ਇੱਧਰ ਜਾਈਏ ਨਾਲੇ ਫਿਰ ਉਸ ਤੋਂ ਬਾਅਦ ਰਵਿੰਦਰ ਹੁਣ ਦੀਦੀ ਦੇ ਜਾਣਾ ਮੈਂ ਅਤੇ ਉਸ ਤੋਂ ਬਾਅਦ ਫਿਰ ਮਿਲਦੇ ਹੈਗੇ ਹਾਂ ਅਤੇ ਆਹ ਦੇਖੋ ਇੱਧਰ ਨੂੰ ਜਾ ਰਾਈਟ ਚਲ ਜਾਓਗੇ ਸਾਡਾ ਘਰ ਆ ਜਾਣਾ ਲੈਫਟ ਚਲ ਜਾਓਗੇ ਤਾਂ ਸਿਸਟਰ ਦਾ ਘਰ ਆ ਜਾਣਾ ਨਾਲੇ ਅੱਜ ਸਾਡੀ ਦੀਵਾਲੀ ਦੇ ਵਾਲੇ ਦਿਨ ਦੀ ਸਾਡੀ ਐਨਵਰਸਰੀ ਵੀ ਆ ਵੀ ਅੱਜ 2 ਸਾਲ ਹੋਏ ਇੱਕ ਦੂਜੇ ਨੂੰ ਝੇਲਦਿਆਂ ਨੂੰ ਆਹ ਦੇਖੋ ਆਹ ਖੜਾ ਆਹ ਘਰ ਆ 22 ਨੰਬਰ ਸਾਰਿਆਂ ਦੇ 22 22 22 ਆ ਅਤੇ ਹੁਣ ਆਪਾਂ ਚੱਲਦੇ ਅੰਦਰ ਮਿਲਦੇ ਹਾਂ ਹੁਣ ਉੱਥੇ ਹਾਂਜੀ ਅਸੀਂ 2 ਘਰ ਭੁਗਤਾ ਜਾਂਦੇ ਅਤੇ ਉਹ ਗੱਲਾਂ ਜਿੰਨੇ ਹੋ ਗਏ ਬਿਜ਼ੀ ਕਿ ਆਪਾਂ ਨੂੰ ਵੀਡੀਓ ਦਾ ਚੇਤਾ ਹੀ ਨਹੀਂ ਰਿਹਾ ਹੁਣ ਅਸੀਂ ਚੱਲੇ ਹਾਂ ਰੈੱਡ ਸਟੋਨ 'ਚ ਹਾਂ ਇੱਥੇ ਹੈਗੇ ਆ ਪਹਿਲਾਂ ਦੇ ਬਣੇ ਆ ਇੱਧਰ ਸਲਾਹ ਪੱਕੀ ਸਲਾਹ ਕਰਕੇ ਆਏ ਆ ਤੇ ਤਾਂ ਕਰਕੇ ਹੁਣ ਅਸੀਂ ਇੱਧਰ ਚੱਲੇ ਦੀਦੀ ਹੁਣਾਂ ਵੱਲ ਇੱਥੇ ਟਿਕਟ ਨਾ ਮਿਲ ਜਾਵੇ ਨਿਕਲਣੀ ਨੀ ਗੱਡੀ ਚਲੋ ਮੈਂ ਉਤਰਦੀ ਹਾਂਜੀ ਉਹ ਦੇਖੋ ਭਾਜੀ ਹੁਣੀ ਉੱਧਰ ਆਉਂਦੇ ਪਏ ਨੇ ਅਤੇ ਆਪਾਂ ਇੱਧਰ ਪਹੁੰਚ ਗਏ ਅਤੇ ਇਹਨਾਂ ਨੇ ਕਹਿਣਾ ਪੱਕੀ ਸਲਾਹ ਕਰਕੇ ਹੀ ਆਏ ਹਾਂ ਪਰ ਸਲਾਹ ਤਾਂ ਨਹੀਂ ਸੀ ਕੀਤੀ ਬਸ ਲੇਟ ਹੀ ਹੋ ਗਏ ਘਰੋਂ ਜਾਂਦਿਆਂ ਨੂੰ ਆਉਂਦਿਆਂ ਨੂੰ ਘਰੋਂ ਵੀ ਅਸੀਂ ਕਿੰਨੇ ਘਰ ਭੁਗਤਾਉਣੇ ਸੀਗੇ ਆ ਗਏ ਤੁਸੀਂ ਤਾਂ ਕੀ ਗੱਲ ਤੁਸੀਂ ਤਾਂ ਪਹਿਲਾਂ ਆਉਣਾ ਸੀ ਅਤੇ ਮੈਂ ਤਾਂ ਆਪ ਉੱਦੀ ਹਾਂ ਮੈਂ ਤਾਂ ਭਾਈ ਨੂੰ ਪੁੱਛਿਆ ਮੈਂ ਕਿਹਾ ਡਰੈਸ ਦਿਓ ਮੈਨੂੰ ਅੱਗੇ ਕਹਿੰਦੇ ਕਹਿੰਦੇ ਇਕੱਠੇ ਨਾ ਆਉਣਾ ਮੈਂ ਕਿਹਾ ਨਹੀਂ ਮੰਮੀ ਹੁਣ ਤੇ ਪਹਿਲਾਂ ਆਉਣਗੇ ਮੈਂ ਕਿਹਾ ਮੰਮੀ ਹੁਣ ਤੇ ਪਹਿਲਾਂ ਆਉਣਾ ਆ ਦੇਖ ਲਓ ਅਸੀਂ ਸਤਿ ਸ਼੍ਰੀ ਅਕਾਲ ਭਾਜੀ ਹੋਰ ਸੁਣਾਓ ਕੀ ਹਾਲ ਆ ਸਤਿ ਸ਼੍ਰੀ ਅਕਾਲ ਭਾਜੀ ਹੈਪੀ ਦਿਓ ਥੱਲੇ ਹੀ ਗਿਆ ਸਾ ਆਹ ਦੇਖੋ ਸਾਡੇ ਮੰਮੀ ਹੁਣਾਂ ਦੇ ਘਰ ਦੀ ਦੀਵਾਲੀ ਇੱਧਰ ਸਾਰਾ ਮਹੱਲਾ ਮੰਮੀ ਵੀ ਆ ਜਾਂਦੇ ਤੇ ਮੈਂ ਪਿੱਛੇ ਚੱਕ ਲੈਣਾ ਇੱਧਰੋਂ ਦੀ ਦੇਖੋ ਜੀ ਸਾਰੇ ਜਣੇ ਇੱਧਰ ਵੀ ਕਿੱਦਾਂ ਰਹੀ ਦੀਵਾਲੀ ਤੇ ਕੈਨੇਡਾ ਦੀ ਦੀਵਾਲੀ ਕਿੱਦਾਂ ਦੀ ਆ ਵਧੀਆ ਨਾ ਹਾਂ ਕਿੰਨਾ ਸਾਰੇ ਜਣੇ ਆਪਣੇ ਇੱਥੇ ਤੇ ਤੁਸੀਂ ਕਿਉਂ ਨਹੀਂ ਬਾਹਰ ਜਾਂਦੇ
ਪਤਾ ਨਹੀਂ ਕਿ ਤੁਹਾਨੂੰ ਰਸਤਾ ਖਵਾਜ ਜੂਗਾ ਸਾਹਮਣੇ ਹੀ ਆ ਹਣਾ ਫਿਰ ਤੁਸੀਂ ਕਿਉਂ ਨਹੀਂ ਜਾਂਦੇ ਕਿੱਥੇ ਬਾਹਰ ਉੱਥੇ ਆਏ ਆ ਤੁਸੀਂ ਇੱਥੇ ਬੈਠੇ ਅੱਛਾ ਉੱਥੇ ਗੁਰਵਿੰਦਰ ਦੀ ਛਾਂ ਹੋਈ ਹੈ आज ਹੈਪੀ ਦੀਵਾਲੀ ਵੀ ਭੈਣ ਜੀ 84 ਵਾਲੇ ਹੋ ਆਈਆਂ ਹੁਣ ਅੱਛਾ ਸਤਿ ਸ਼੍ਰੀ ਅਕਾਲ ਦੀਦੀ ਹੈਪੀ ਓਏ ਇਹਦੀ ਦੀਦੀ ਦੀ ਜੱਬਾਂ ਵੀ ਨਹੀਂ ਪਾਈਆਂ ਉਹਨੇ ਲਾਈਆਂ ਹੁਣ ਆਜੋ ਨਾਜ ਜਿਹੜੇ ਨਵੇਂ ਵਾਂਡੀ ਆਇਆ ਉਹ ਆਏ ਹਨਾ ਉਹ ਆ ਹਾਂ ਦੇਖੋ ਮੰਮੀ ਨੇ ਤਾਂ ਸਾਰੀ ਮਾਣ ਲੱਗੀ ਹੋਈ ਆ ਆਜੋ ਫਿਰ ਅੱਛੇ ਕਰ ਲੈ ਕਿਉਂਕਿ ਸਾਰੀ ਲਾਈਆਂ ਨਹੀਂ ਸੂਟ ਪਾਇਆ ਸਾਰੀ ਲਾਉਣੀ ਇੱਥੇ ਚੱਲਦਾ ਕਾਕਾ ਪੀਜਾ ਖਾਂਦਾ ਸੀਗਾ ਆਪਣੀ ਫੋਟੋ ਨਹੀਂ ਹੈਗੀ ਆਪਣੇ ਗੁਰਦੀ ਗੁਰਨੀਤ ਨੂੰ ਕਹਿੰਦੇ ਆ ਹਾਂਜੀ ਆ ਦੇਖੋ ਵੀ ਆ ਤਾਂ ਦੀਦੀ ਹੁਣੇ ਵੀ ਆ ਗਏ ਗੁਰਨੀਤ ਵੀ ਆ ਗਿਆ ਗਰਦਾਤ ਵੀ ਆ ਗਿਆ ਇੱਧਰ ਸਾਰੇ ਰੰਧਾਵੇ ਭਾਈ ਦੇ ਘਰ ਦੇ ਬਾਹਰ ਰੌਣਕਾਂ ਲੱਗੀਆਂ ਉੱਧਰ ਬਾਜ ਭਾਈ ਦੇ ਘਰ ਰੌਣਕਾਂ ਲੱਗੀਆਂ ਸਾਰੇ ਜਾਣੇ ਆਏ ਹੋਏ ਨੇ ਮੈਂ ਕਿਹਾ ਬੰਦਾ ਨਹੀਂ ਆਇਆ
ਹਾਂਜੀ ਆ ਦੇਖੋ ਮੰਮੀ ਦੇ ਘਰਾਂ ਦੇ ਪਿਛਲੇ ਪਾਸੇ ਇਹਨਾਂ ਨੇ ਪਾਰਕ ਦੇ ਵਿੱਚ ਪਟਾਕੇ ਲਾਉਣ ਲੱਗੇ ਹੋਏ ਸਾਰੇ ਜਾਣੇ। ਇੱਕ ਮਿੰਟ ਖੋਲੀਏ ਮਾੜਾ ਜਿਹਾ। ਆ ਦੇਖੋ ਭਾਜੀ ਹੋਣੀ ਇੱਧਰ ਆ ਤੇ ਹਾਂਜੀ ਰਾਤ ਦੇ ਬੱਜ ਗਏ ਪੌਣੇ ਬਾਰਾਂ ਸਾਰੇ ਆਪੋ ਆਪਣੇ ਘਰ ਹੀ ਅਸੀਂ ਵੀ ਚੱਲੇ ਮੰਮੀ ਹੋਣਾ ਵੱਲੋਂ ਦੀ ਆਈ ਤੇ ਉਹ ਭਾਜੀ ਦੀ ਮੰਮੀ ਦੇ ਬੀਜੀ ਖੜੇ ਤੇ ਹੁਣ ਆਪਾਂ ਚੱਲਦੇ ਸਾਰੇ ਤੇ ਫੇਰ ਉੱਧਰ ਦੀਦੀ ਹੋਣਾਂ ਦੀ ਗੱਡੀ ਕਿਤੇ ਇੱਥੇ ਖੜੀ ਵਿਚਾਰਿਆਂ ਦੀ ਐਡੀ ਦੂਰ ਖੜੀ ਕਰਕੇ ਆਏ ਨੇ। ਫੇਰ ਰੌਣਕ ਲੱਗ ਗਈ ਸੀ ਵਧੀਆ ਸੀ ਵੈਸੇ ਇੱਧਰ ਰੌਣਕ ਮੰਮੀ ਹੋਣਾਂ ਵੱਲ ਬਹੁਤ ਰੌਣਕ ਲੱਗੀ। ਹਾਂਜੀ ਅਸੀਂ ਘਰ ਆ ਗਏ 12 ਵਜੇ ਮੰਮੀ ਹੋਣਾਂ ਵੱਲੋਂ ਅਤੇ ਦਿਵਾਲੀ ਵਧੀਆ ਮਨਾ ਲਈ। ਫਨ ਸੀਗਾ, ਸਾਰੀ ਗਲੀ 'ਚ ਰੌਣਕਾਂ ਲੱਗੀਆਂ ਸੀਗੀਆਂ ਅਤੇ ਬਸ ਬਿਜ਼ੀ ਬਿਜ਼ੀ ਰਹੇ ਜ਼ਿਆਦਾ, ਇਸ ਕਰਕੇ ਮੈਂ ਅੱਜ ਤੋਂ ਵੀਡੀਓ ਕਰ ਨਹੀਂ ਪਾਈ। ਕਿੱਦਾਂ ਦਾ ਰਿਹਾ ਸਾਨੂੰ, ਕਿੱਦਾਂ ਦਾ ਰਿਹਾ ਤੁਹਾਡੇ ਸਹੁਰਿਆਂ ਦਾ ਐਕਸਪੀਰੀਅੰਸ ਦਿਵਾਲੀ ਦਾ? ਸਹੁਰਿਆਂ ਦੀ ਦਿਵਾਲੀ ਦੇਖ ਕੇ ਆਏ ਨੇ ਅਤੇ ਵਧੀਆ ਸੀਗਾ। ਤਾਂ ਵੀਡੀਓ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਲਓ ਚੈਨਲ ਨੂੰ ਅਤੇ ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਤੁਹਾਡੀ ਸਾਰਿਆਂ ਦੀ ਦਿਵਾਲੀ ਕਿੱਦਾਂ ਦੀ ਰਹੀ। ਮੇਰੀ ਅੱਜ ਕੀ ਦਿਵਾਲੀ ਤਾਂ ਬਹੁਤ ਵਧੀਆ ਸੀ ਕਿਉਂਕਿ ਮੇਰੀ ਸਾਰੀ ਫੈਮਿਲੀ ਇੱਥੇ ਸੀ, ਨਹੀਂ ਤਾਂ ਯੂਜਲੀ ਵੀ ਅਸੀਂ ਇੱਥੇ ਹੁੰਦੇ ਹਾਂ, ਵੱਡੇ ਬ੍ਰਦਰ ਅਤੇ ਦਾਦੀ ਜੀ ਇੰਡੀਆ ਹੁੰਦੇ ਆ। ਅੱਜ ਕਿ ਕਿੰਨੇ ਸਾਲਾਂ ਬਾਅਦ, ਮੈਨੂੰ ਲੱਗਦਾ ਮੈਂ 22 ਸਾਲਾਂ ਬਾਅਦ ਸਾਡੀ ਸਾਰਿਆਂ ਦੀ ਦਿਵਾਲੀ ਵਧੀਆ ਇਕੱਠਿਆਂ ਨੇ ਮਨਾਈ ਆ, ਨਹੀਂ ਤਾਂ ਕਦੀ ਨਹੀਂ ਇੱਦਾਂ ਦਾ ਮੌਕਾ ਆਇਆ ਸੀਗਾ ਕਿ ਅਸੀਂ ਸਾਰੇ ਇਕੱਠੇ ਹੋਈਏ ਦਿਵਾਲੀ 'ਤੇ ਸਪੈਸ਼ਲੀ। ਸੋ ਐਤਕੀ ਦਿਵਾਲੀ ਵਾਹਿਗੁਰੂ ਇੱਦਾਂ ਹੀ ਸਾਰੇ ਪਰਿਵਾਰ ਇਕੱਠੇ ਮਨਾਉਂਦੇ ਰਹਿਣ। ਅਤੇ ਮੇਰੇ ਪੇਕਿਆਂ ਦਾ ਪਰਿਵਾਰ ਵੀ ਸਾਰਾ ਇਕੱਠੇ ਸੀ ਅਤੇ ਮੇਰੇ ਸਹੁਰਿਆਂ ਵੱਲੋਂ ਵੀ ਸਾਰੇ ਇੱਧਰ ਹੀ ਸੀਗੇ, ਵੀ ਸਾਰੇ ਇੱਥੇ ਹੀ ਨੇ। ਮੇਰੀ ਲਾਈਫ ਦੀ ਸਭ ਤੋਂ ਬੈਸਟ ਦਿਵਾਲੀ, ਮੈਂ ਕਹੂੰਗੀ ਕਿ ਮੇਰੀ ਲਾਈਫ ਦੀ ਸਭ ਤੋਂ ਬੈਸਟ ਦਿਵਾਲੀ ਸੀ ਇਹ। ਅਤੇ ਚਲੋ ਫਿਰ ਤੁਸੀਂ ਵੀ ਮਿਲਦੇ, ਆਪਣੇ ਆਪਣੇ ਘਰਾਂ 'ਚ ਸੇਫ ਰਹੋ। ਦਿਵਾਲੀ ਦੀਆਂ ਫਿਰ ਲੱਖ ਲੱਖ ਵਧਾਈਆਂ। ਅਤੇ ਹੁਣ ਮਹਾਰਾਜ ਗੁਰਪੁਰਬ ਸਾਹਿਬ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆਉਣਾ, ਫਿਰ ਆਪਾਂ ਚੜ ਇੱਦਾਂ ਹੀ ਰਾਜੀ ਖੁਸ਼ੀ ਗੁਰਪੁਰਬ ਸਾਹਿਬ ਮਨਾਈਏ। ਥੈਂਕ ਯੂ, ਐਂਡ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਲਓ ਚੈਨਲ ਨੂੰ। ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਬਾਏ ਬਾਏ।